ਪ੍ਰੀਤੀ ਮੈਂ ਦੁਬਈ ਵਾਲੇ ਪ੍ਰਾਹੁਣੇ ਆਏ ਮਗਰੋਂ ਵਾ ਤੇ ਉੱਠ ਪਹਿਲਾਂ ਪਏ ਆ ਤੁਸੀਂ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਹ ਸਾਨੂੰ ਉੱਥੇ ਵੀ ਲੈ ਕੇ ਗਏ ਜਾਟ ਤੇ ਵੀ ਲੈ ਕੇ ਗਏ ਹੈ ਹੁਣ ਸਾਡੇ ਕੋਲ ਜਾਟ ਤੇ ਨੀ ਮਗਰ ਬੰਨੇ ਸਵੀਮਿੰਗ ਪੂਲ ਆ ਤੁਹਾਡਾ ਬਹੁਤ ਬਹੁਤ ਸਾਡਾ ਤੇ ਕੋਈ ਤੁਹਾਨੂੰ ਪਤਾ ਹੀ ਹੋਣਾ ਨਹੀਂ ਨਹੀਂ ਤੁਹਾਡਾ ਤਾਂ ਪਤਾ ਆ ਹਾਂਜੀ 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 ਬੜਾ ਪਿਆਰ ਭਾਜੀ ਹੁਣ ਇੱਥੇ ਵੀ ਹੁਣ ਮਿਲਣਾ ਪਿਆ ਹਾਂਜੀ ਬਸ ਚਲੋ ਇਦਾਂ ਪਿਆਰ ਬਣਿਆ ਰਹੇ ਭੈਣ ਭਰਾ ਮਿਲਦੇ ਰਹਿਣਾ ਹੋਰ ਕੀ ਚਾਹੀਦਾ ਮੰਮੀ ਹੁਣ ਮੰਮੀ ਤੇ ਡੈਡੀ ਨੂੰ ਭੇਜ ਦੇਣਾ ਭਾਜੀ ਇਹਨਾਂ ਨੂੰ ਘੁਮਾਓ ਠੀਕ ਆ ਠੀਕ ਆ ਸਾਲ ਇੱਕ ਸਾਲ ਠੀਕ ਆ ਨਾਲੇ ਡੈਡੀ ਜੀ ਹੈ ਡੈਡੀ ਜੀ ਨੇ ਡੈਡੀ ਜੀ ਨੂੰ ਮੱਝਾਂ ਦੀ ਯਾਦ ਆਈ ਨਹੀਂ ਦੋ ਚਾਰ ਮੱਝਾਂ ਲੈ ਲਾਂਗੇ ਠੀਕ ਦੇਣਾ ਠੀਕ ਆ ਸਕੂਨ ਉਹ ਕਹਿੰਦੇ ਹੁੰਦੇ ਨਾ ਆਪਣੇ ਆਲਣੇ ਚ ਆ ਕੇ ਮਿਲਦਾ ਉਹੀ ਚੀਜ਼ ਆ ਬਾਕੀ ਚਲੋ ਘੁੰਮਾਂਗੇ ਫਿਰਾਂਗੇ ਇਹਨਾਂ ਨੂੰ ਵੀ ਘੁਮਾਵਾਂਗੇ ਹੈ ਕਿ ਨਹੀਂ ਮੈਨੂੰ ਤੁਸੀਂ ਸਵੇਰੇ ਕਦੋਂ ਮੈਂ ਲਵਾ ਠੀਕ ਜੇ ਨਹੀਂ ਨਹੀਂ ਅਜੇ ਥੋੜਾ ਜਿਹਾ ਟਾਈਮ ਵੇਟ ਕਰ ਲਈਏ ਬਾਕੀ ਦੀਦੀ ਹੁਣਾਂ ਦਾ ਆਪਣਾ ਕਾਰੋਬਾਰ ਦੁਬਈ ਦੇ ਵਿੱਚ ਦੀਦੀ ਹੋਟਲ ਰੈਸਟੋਰੈਂਟ ਠੀਕ ਆ ਜੀ ਚਲੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦੁਬਈ ਮੈਨੂੰ 10 ਇਅਰ 10 ਸਾਲ ਹੋ ਗਏ 10 ਸਾਲ ਠੀਕ ਹੈ ਚਲੋ ਜੇ ਅਸੀਂ ਉੱਥੇ ਨਹੀਂ ਮਿਲੇ ਤਾਂ ਦੀਦੀ ਹੁਣ ਇੱਥੇ ਪਹੁੰਚ ਗਏ ਆ ਇਹੋ ਹੀ ਪਿਆਰ ਆ ਅੱਗੇ ਅੱਗੇ ਸੀ ਅਸੀਂ ਪਿੱਛੇ ਪਿੱਛੇ ਸੀ ਅਸਲੀ ਇਹੋ ਹੀ ਪਿਆਰ ਦੀ ਖੇਚਾ ਹਨਾ ਸਾਡੇ ਕੱਲਿਆਂ ਨਾਲ ਨਹੀਂ ਕੰਮ ਹੋਇਆ ਬੜੇ ਜਾਣੇ ਨਾਲ ਬੜੇ ਲਾਮੇ ਮਿਲੇ ਆ ਸਹੀ ਗੱਲ ਆ ਬੇਝਿਜਕ ਲਵਾ ਸਕਦੇ ਜੇ ਕੋਈ ਉਹੋ ਜਿਹੀ ਗੱਲ ਨੀ ਹੈਗੀ ਜਿੱਥੇ ਵੀ ਤੁਸੀਂ ਜਾਣਾ ਹਾਂਜੀ ਵਟਸਐਪ ਤੇ ਵੀ ਕਾਲ ਕਰ ਸਕਦੇ ਜੇ ਬਾਕੀ ਜਦੋਂ ਸਿੰਗਾਪੁਰ ਘੁੰਮਾਂਗੇ ਉਦੋਂ ਵੀ ਇਕੱਠੇ ਘੁੰਮਾਂਗੇ ਉਹ ਕੜਸੀਆਂ ਮਾਰਨ ਜੋਗੇ ਰਹਿ ਗਿਆ ਅੱਜ ਬਸ ਭਾਜੀ ਉਹਨਾਂ ਦੀਆਂ ਕੜਸੀਆਂ ਮਾਰੀਆਂ ਤੇ ਮੁੱਲ ਮੋੜ ਦੋ ਖਾਣਾ ਖਾ ਕੇ ਆਈ ਹੋਣ ਦੀ ਕੋਈ ਗੱਲ ਪ੍ਰਾਹੁਣੇ ਹੋ ਗਏ ਫਿਰ
ਚਲੋ ਕੋਈ ਗੱਲ ਨੀ, ਬਹੁਤ ਵਧੀਆ ਲੱਗਾ ਬਿਲਕੁਲ। ਹਾਂਜੀ ਖਾਣੇ ਵਾਸਤੇ ਸੌਰੀ ਆ, ਫੇਰ ਸੱਚੀ ਫੁੱਲਾਂ ਉਦਾਂ ਚਲੋ ਉਦਾਂ ਤਾਂ ਹੈ ਹੀ ਨੀ ਆ, ਉਦਾਂ ਖਾਣੇ ਦਾ ਮੁੰਡਾ ਉਹੀ ਤਾਂ ਮੈਂ ਕਹਿਣ ਡਿਆ। ਸਹੀ ਆ ਸਹੀ ਆ, ਸਹੀ ਗੱਲ ਆ। ਤੇ ਬਾਅਦ ਵਿੱਚ ਕੋ ਰਾਤ ਨੂੰ ਰਸੋਈ ਚ ਵੜੇ ਹੋ ਚਲੋ ਠੀਕ ਆ ਜੀ, ਥੈਂਕ ਯੂ ਤੁਹਾਡਾ ਸਾਰਿਆਂ ਦਾ, ਓਕੇ ਜੀ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ। ਇਹ ਹੁਣ ਭਾਜੀ ਮੇਰੇ ਤੇ ਤਵਾ ਲੱਗਣ ਲੱਗਾ ਜੀ, ਆਪਾਂ ਜੋੜੀ ਜੋੜੀ ਬਣਾ ਦਿੰਦੇ ਆ ਨਾ, ਗੁੱਸਾ ਗਿਲਾ ਵੀ ਨਾ ਹੋ ਜਾਏ, ਪਤਾ ਨੀ ਹੈਰੀ ਕਿੱਥੇ ਰਹਿ ਗਿਆ। ਅਗਲੀ ਵਾਰੀ ਪੱਕਾ ਖਾ ਕੇ ਠੀਕ ਹੈ ਭਾਜੀ, ਓਕੇ ਜੀ ਓਕੇ। ਸਾਡੇ ਮਿਸਤਰੀ ਵਿਚਾਰੇ ਕਹਿੰਦੇ ਹੋਣੇ ਆ ਜਿਹੜੇ ਭੁੱਖੇ, ਉਹਨਾਂ ਨੂੰ ਤੇ ਸਲਾਮ ਮਾਰਦੇ ਆ, ਮਾਰਦੇ ਆ ਕੋਈ ਨੀ, ਭੁੱਖ ਲੱਗੂਗੀ ਉਹਨੀ ਜਿਆਦਾ ਖਾਧੀ ਜਾਊਗੀ, ਬਿਲਕੁਲ ਬਿਲਕੁਲ ਨਹੀਂ ਉਹਨਾਂ ਨੇ ਫੋਨ ਕੀਤਾ ਨਾ, ਮੈਂ ਪਕੌੜੇ ਹੀ ਕੱਢ ਰਹੇ, ਜਦੋਂ ਫੋਨ ਕੀਤਾ ਤਾਂ ਪਕੌੜੇ ਨਿਕਲ ਰਹੇ ਤੇ ਅੱਗੇ ਆ ਗਏ ਥੋੜਾ ਜਿਹਾ। ਚੱਲ ਕਵਲ ਹੁਣ ਗਾ ਦੇ ਸੈਡ ਸੌਂਗ, ਆਪਾਂ ਬੜੀਆਂ ਕੜਸੀਆਂ ਮਾਰੀਆਂ, ਪ੍ਰਾਹੁਣੇ ਇੱਕ ਨਾ ਸੁਣੀ ਬੈਗ ਸਾਡਾ। ਚੱਲ ਮੇਰੀ ਗੱਲ ਸੁਣ ਕਮਲ, ਜੇ ਹੁਣ ਕਨੈਕਟਰ ਬਣਾਇਆ ਤਾਂ ਟਿਕਟਾਂ ਕੱਟ ਦੇ ਸਾਰੀਆਂ ਦੀਆਂ, ਤੂੰ ਟਿਕਟਾਂ ਕੱਟ ਲਾ ਹਾਂ, ਚਲੋ ਉਹਨਾਂ ਨੂੰ ਪਤਾ ਲੱਗ ਜਾ ਦੁਬਈ ਵਾਲੇ ਆਏ ਆ। ਚਲੋ ਸਹੀ ਗੱਲ, ਏਦਾਂ ਹੱਸਦੇ ਵੱਸਦੇ ਰਹੋ, ਸਹੀ ਗੱਲ ਹੈ ਸਾਰੇ। ਟੈਨਸ਼ਨਾਂ ਪਹਿਲਾਂ ਆ, ਬਾਕੀ ਕੰਮ ਬਾਅਦ ਚ ਆ। ਉਦੋਂ ਬੇਟਾ ਹੋਇਆ ਸੀ ਤੁਹਾਡਾ ਹੈ ਨਾ, ਇਹਨਾਂ ਦਾ
ਤੇ ਮੈਂ ਵੀ ਦੇਖਣ ਲੱਗ ਪਈ ਇਸ ਤਰ੍ਹਾਂ ਹੀ ਕਰਕੇ ਨਾ ਬਲੌਗ ਤੇ ਰੋਗੋ ਦਾ ਚੱਲਿਆ ਮੈਂ ਕਿਹਾ ਤੁਹਾਡੇ ਵਰਗੇ ਲੱਗਦੇ ਨੇ ਦੋਨੇ ਹਸਬੰਡ ਵਾਈਫ ਹਨਾ ਲੱਗਦੇ ਹਾਂ ਜੀ ਲੱਗਦੇ ਆ ਗੁੜੀਆ ਸਾਡੇ ਨਾਲ ਤਿਆਰ ਹੋ ਗਈ ਸੀ ਕਹਿੰਦੀ ਮੈਂ ਨਾਲ ਇੰਡੀਆ ਜਾਣਾ ਸ਼ੈਰਲ ਸ਼ੈਰਲ ਆਣ ਨੂੰ ਤੇ ਰੈਡੀ ਹੋ ਗਏ ਰੈਡੀ ਹੋ ਗਏ ਨਾਲ ਹੀ ਦੀਦੀ ਉਹਨਾਂ ਦੇ ਨਾਲ ਹੀ ਗਏ ਉੱਥੇ ਵੀ ਅਸੀਂ ਨਾ ਚੱਲੇ ਆਪਣਾ ਗਲੋਬਲ ਵਿਲੇਜ ਤੇ ਯਾਰੀ ਨੇ ਇੰਨਾ ਕੁ ਮੂੰਹ ਕਰ ਲਿਆ ਤੇ ਅਸੀਂ ਫਿਰ ਨਾਲ ਹੀ ਲੈ ਗਏ ਫਿਰ ਭਾਜੀ ਉਹਨਾਂ ਨੂੰ ਵੀ ਨਾਲ ਹੀ ਸੱਦਿਆ ਨਾਲ ਹੀ ਸੱਦਿਆ ਅਸੀਂ ਬਾਅਦ ਚ ਆਏ ਸੀ ਬਾਅਦ ਚ ਆਏ ਸੀ ਦਿਲ ਲੱਗ ਗਿਆ ਨਾ ਦੀਦੀ ਉਹਨਾਂ ਦੇ ਨਾਲ ਹੀ ਨਿੱਕੇ ਨਿੱਕੇ ਬੱਚੇ ਬਹੁਤ ਪ੍ਰੇਮ ਕਰਦੇ ਆ ਸਹੀ ਗੱਲ ਜੀ ਸਹੀ ਗੱਲ ਹਾਂਜੀ ਫਲਾਈਂਗ ਕਿਸ ਕਰੇ ਇਵੇਂ ਹੀ ਆ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਿਆਰ ਦਿੰਦੇ ਰਹਿਣ ਤੇ ਉਹਨਾਂ ਨਾਲ ਸਾਰੇ ਪਿਆਰ ਸਦਕਾ ਹੀ ਸਾਰਾ ਕੁਝ ਲੋ ਜੀ ਸਹੀ ਆ ਸਿੰਗਾਪੁਰ ਮਿਲਣਾ ਹੁਣ ਕੇ ਦੁਬਈ ਸਾਨੂੰ ਸਹੀ ਗੱਲ ਹੋ ਗਈ ਇੱਧਰ ਪੱਪੂ ਪਾਸ ਹੋ ਗਿਆ ਜਿੱਦਣ ਇਹਦੇ ਉਹ ਦੋ ਚਾਰ ਦਿਨ ਲਈ ਆਇਆ ਵੇਲੇ ਤੁਹਾਨੂੰ ਮਿਲਣ ਵਾਸਤੇ ਮਿਹਰਬਾਨੀ ਜੀ ਮਿਹਰਬਾਨੀ ਬਹੁਤ ਬਹੁਤ ਤੁਹਾਡੀ ਮਤਲਬ ਹੁੰਦੀ ਨੀ ਕਹਿਣ ਖਲੋਤੇ ਜੀ ਪੰਜਾਬੀਆਂ ਦਾ ਹਿਸਾਬ ਕਿਤਾਬ ਇੱਦਾਂ ਦਾ ਵਾ ਪਹਿਲਾਂ ਥੋੜਾ ਟਾਈਮ ਬੈਠੇ ਜਦੋਂ ਆਪਾਂ ਕਿਹੜਾ ਚੱਲੀਏ ਚੱਲੀਏ ਖੁਸ਼ੀ ਪਾਵੇ ਤੇ ਖਲੋਤਿਆ ਘੇਡਾ ਹੈਲੋ ਹੈਲੋ ਭਾਜੀ ਮੇਰੀ ਗੱਲ ਸੁਣੋ ਡੈਡੀ ਆ ਨਾ ਸਾਡੇ ਉਹਨਾਂ ਦੀ ਪਤਾ ਕੀ ਆਦਤ ਆ ਘਰ ਆ ਗਿਆ ਨਾ ਪੰਜ ਮਿੰਟ ਲਈ ਆਇਆ ਤੇ ਚਲੋ ਚਾਹ ਪਾਣੀ ਪਿਆ ਲਿਆ ਮੁੜ ਕੇ ਅੱਛਾ ਉਹਨਾਂ ਕੇ ਚਲੋ ਠੀਕ ਹੈ ਫਿਰ ਭਾਜੀ ਚੱਲਦੇ ਆ ਤੁਰਦੇ ਤੁਰਦੇ ਗੇਟ ਤੱਕ ਪਹੁੰਚ ਜਾਣਾ ਖੁਸ਼ੀ ਭਾਈ ਘਰ ਬੈਠੇ ਪੰਜ ਮਿੰਟ ਹੋਣ ਤੇ ਬਾਹਰ ਭਾਵੇਂ ਪੰਜਾਹ ਮਿੰਟ ਹੋ ਜਾਣ ਏਦਾਂ ਦੀ ਆ ਉਹੀ ਚੱਕਰ ਹਾਂਜੀ ਹਾਂਜੀ ਵੇਖ ਲੋ ਟੇਸਟੀ ਜੇ ਕੰਮ ਟੇਸਟੀ ਤੁਹਾਡੀਆਂ ਲੱਤਾਂ ਮੈਂ ਕੰਬਣਗੀਆਂ ਜਾਣ ਲੱਗਿਆ ਹੈਂ ਮੈਂ ਭਾਜੀ ਆਉਣਾ ਟੇਸਟ ਕਰ ਲਈ ਇਹ ਤਾਂ ਸਲਾਦ ਆ ਫਿਰ ਆਪਣੀ ਕਿਆ ਬਾਤ ਆ ਤੜਕਾ ਵੇਖੋ ਵੀ ਆ ਇਹ ਭਾਜੀ ਨੇ ਲਾਇਆ ਕਰਸੀਆਂ ਮਾਰ ਆ ਭਾਜੀ ਜੀ ਕਰਸੀਆਂ ਦਾ ਪਨੀਰ ਫਟਾਇਆ ਉਹ ਸਹੀ ਆ ਵੀ ਡੇਰ ਫਰਾਈ ਕੀਤੀ ਹੋਈ ਹੈ ਜੀ ਜੀ ਐਵੇਂ ਫਰਾਈ ਕੀਤੀ ਹੈ ਖਾ ਲਓ ਤੁਸੀਂ ਮੈਂ ਨਾ ਇਹ ਵੀ ਖਾ ਲੈਣਾ ਇੱਕ ਉਹ ਗਰੀਬ ਦਾ ਸਹੀ ਨਹੀਂ ਹੈ ਕੋਈ ਚੱਲ ਦੀ ਦੇਲ ਦੀ ਰੋਟੀ ਖਾਇਆ ਦੇ ਐਨਾ ਚਲੇ ਕੁਝ ਪਾਇਆ ਨਹੀਂ ਹੁੰਦਾ ਚਲੋ ਜੀ ਬਹੁਤ ਬਹੁਤ ਧੰਨਵਾਦ ਚਲੋ ਜੀ ਬਹੁਤ ਮਜ਼ਾ ਆਇਆ ਤੁਸੀਂ ਆਏ
ਹਾਂਜੀ ਫਾਈਨਲ ਜਾ ਰਹੇ ਜੀ ਫਿਰ ਇਧਰੋਂ ਦੀ ਠੀਕ ਹੈ ਭਾਜੀ ਬਾਏ ਚਲੋ।